ਗੁੱਡ ਮਾਰਨਿੰਗ ਸਟੂਡੈਂਟ ਅੱਜ ਮੈਂ ਤੁਹਾਨੂੰ ਬਹੁਤ ਹੀ ਮੋਸਟ ਇੰਪੋਰਟੈਂਟ ਐਕਸਪੈਕਟਿਡ ਕੁਐਸਚਨ ਜਿਹੜਾ ਕੁਐਸਟ ਪੇਪਰ ਉਹ ਕਰਵਾਉਣ ਜਾ ਰਹੀ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਤੁਹਾਡਾ ਪੇਪਰ ਦਾ ਟਾਈਮ ਹੋਏਗਾ 90 ਮਿੰਟ ਦਾ ਹੋਏਗਾ ਔਰ ਕੁੱਲ ਮਾਰਕਸ ਹੋਏਗਾ ਤੁਹਾਡੇ 40 ਤੇ ਬੇਟਾ ਪੈਰਾ ਹੈਗਾ ਜਿਹਨੂੰ ਅਸੀਂ ਅੱਛੀ ਤਰ੍ਹਾਂ ਰੀਡ ਕਰ ਲੈਣਾ ਹੈ ਇਹ ਹੈਗੇ ਨੇ ਇਹਦੇ ਵਿੱਚ ਆਏਗਾ ਤੁਹਾਨੂੰ 8 ਨੰਬਰ ਦਾ ਐਮਸੀਕਿਊ ਤੇ ਸ਼ੁਰੂ ਕਰਦੇ ਆ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਪੜ ਚੁੱਕੇ ਹਾਂ ਹੈਗਾ ਹੈ ਸੱਭਿਆਚਾਰ ਸ਼ਬਦ ਕਿੰਨੇ ਸ਼ਬਦਾਂ ਦਾ ਸੁਮੇਲ ਹੈ तो बोलोगे दो अगे हैगा उप सभ्याचारिस संबंधित होंद है उप समूह न किस न संबंधित होंद है उप समूह न सभ्या का शाब्दिक अर्थ की है नियमवदता सभ्या का शाबदिक अर्थ की है नियमबदता आचार का शाब्दिक अर्थ की है आचरण आचार शब्दिक अर्थ की है आचरण ठीक है अगे हैगा पंजाबी सभ्याचार उप सभ्याचारेड़ा है माझी दुआबी मलवई जपरोकित सारे तुम उपरोकित सारे, उपरोकित सारे आंसर लिखोगे टिक करोगे ठीक करो है अगे हैगा चरित्र जो कि जीवन किसी नियमता का धार नहीं है नैश किया जाता है तुम बोलोगे सभ्याचार पंजाब दिया लोग खेडा लेके किस रचना है सुखदेव माधपुरी दी किस रचना है सुखदेव माधपुरी दी अगे है सब तो पहला पे सैट करा हाँ जी अगे है पंजाब के मेले तो त्यौहार पाठ किसती रचना है डॉक्टर एस एस बंजारा बेदी की ਕਿਸ ਦੀ ਰਚਨਾ ਹੈ ਡਾਕਟਰ ਐਸ ਐਸ ਪੰਜਾਰਾ ਬੇਦੀ ਦੀ ਅੱਗੇ ਹੈਗਾ ਬੇਟਾ ਤੁਹਾਡਾ ਐਡਾ ਭਾਗ ਪੰਜਾਬੀ ਭਾਸ਼ਾ ਲਿਖਣ ਦਾ ਹੁਨਰਕਾਰ ਵਿਹਾਰ ਤੇ ਪੱਤਰ ਸੰਖੇਪ ਰਚਨਾ ਇਹਦੇ ਨੰਬਰ ਹੋਣਗੇ ਕੁੱਲ 16 16 ਨੰਬਰ ਹੋਣਗੇ ਤੇ ਤੁਸੀਂ ਇਸ ਤਰ੍ਹਾਂ ਲਿਖਣਾ ਹੈ ਪਹਿਲਾਂ ਇਹਨੂੰ अच्छी तरह ਪੜ੍ਹ ਲੈਣਾ ਜਿਸਾਂ ਕਿ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਕਿਸੇ ਨਦੀਕੀ ਬੈਂਕ ਤੇ ਸਵੇਰ ਜਿਗਾ ਚ ਲੌਂਡਰੀ ਕੀ ਲਈ ਕਰਜ਼ਾ ਲੈਣ ਵਾਸਤੇ ਤੁਸੀਂ ਕਿਸ ਨੂੰ ਪੱਤਰ ਲਿਖੋਗੇ ਤੁਸੀਂ ਬੋਲੋਗੇ ਸਾਕਾ ਪ੍ਰਬੰਧਕ ਨੂੰ ਅੱਗੇ ਹੈਗਾ ਲਾਇਬ੍ਰੇਰੀ ਲਈ ਪੁਸਤਕਾਂ ਮਗਵਾਉਣ ਲਈ ਕੁਟੇਸ਼ਨਾਂ ਦੀ ਮੰਗ ਕਿਸ ਤੋਂ ਕੀਤੀ ਜਾਵੇਗੀ ਤੁਸੀਂ ਬੋਲੋਗੇ ਪੁਸਤਕ ਵਿਕਰੇਤਾ ਤੋਂ ਅੱਗੇਗਾ ਤੁਸੀਂ ਹੀਰੋ ਮੋਟਰ ਦਿੱਲੀ ਤੋਂ ਦੋ ਪਹੀਆ ਵਾਹਨਾ ਦੀ ਏਜੰਸੀ ਲੈਂਦੇ ਪੱਤਰ ਕਿਸ ਨੂੰ ਲਿਖੋਗੇ ਮੁੱਖ ਪ੍ਰਬੰਧਕ ਨੂੰ ਜਾਂ ਮੈਨੇਜਰ ਨੂੰ ਤੁਹਾਨੂੰ ਦੋਨੋਂ ਆਪਸ਼ਨ ਜਿਹੜੇ ਯਾਦ ਰੱਖਣੇ ਚਾਹੀਦੇ ਜੇ ਬਾਈ ਚਾਂਸ ਇੱਕ ਆਜੇ ਮੁੱਖ ਪ੍ਰਬੰਧਕ ਤੋਂ ਤੁਸੀਂ ਟਿੱਕ ਲਾਉਗੇ ਜੇ ਮੈਨੇਜਰ ਆਵੇ ਤਾਂ ਫਿਰ ਵੀ ਤੁਸੀਂ ਟਿੱਕ ਲਾਉਗੇ ਇਸ ਤੇ ਨੂੰ ਅੱਗੇ ਹੈਗਾ ਤੁਹਾਡਾ ਇੱਥੇ ਲਿਖੇ ਪੈਰਾ ਪੜ ਕੇ 12 ਤੇ 13 ਦੇ ਉੱਤਰ ਲਿਖਣਾ ਹੈ ਬਟੇ ਪੈਰਾ ਚੰਗੀ ਤਰ੍ਹਾਂ ਪੜ ਲੈਣਾ ਜੋ ਕਿ ਇਹ ਪਹਿਲਾਂ ਵੀ ਰੀਡ ਕੀਤਾ ਹੋਇਆ ਹੈ ਤੇ ਮੈਂ ਸਿਰਫ ਇਹਦੇ MCQ ਤੁਹਾਨੂੰ ਕਰਵਾਵਾਂਗੇ ਹੈਗਾ ਹੈ ਤੁਹਾਡਾ ਉਪਰੋਕਤ ਪੈਰੇ ਦਾ ਟੁਕਵਾਸ ਰਿਲੇਖ ਲਿਖੋ ਦੱਸੋ ਤੇ ਤੁਸੀਂ ਬੋਲੋਗੇ ਈਰਖਾ 13 ਹੈਗਾ ਬਹੁਤ ਸਤਿਗੁਣੀ ਮਨੁੱਖ ਦੀ ਤਰੱਕੀ ਹੋਣ ਤੇ ਉਸ ਨਾਲ ਈਰਖਾ ਨਹੀਂ ਹੁੰਦੀ ਕਿਉਂਕਿ ਉਸ ਨੂੰ ਇਸ ਦਾ ਹੱਕਦਾਰ ਸਮਝਿਆ ਜਾਂਦਾ ਹੈ ਕਰਜ਼ਾ ਦੇਣ ਵਾਲੇ ਨਾਲ ਵੀ ਈਰਖਾ ਨਹੀਂ ਹੁੰਦੀ ਉਪਰੋਕਤ 17 ਦਾ ਕੀ ਪਾਵ ਹੈ ਤੁਸੀਂ ਬੋਲੋਗੇ ਉਸ ਨਾਲ ਈਰਖਾ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਉਹ ਇਸ ਦਾ ਹੱਕਦਾਰ ਹੈ ਦੇਖੋ ਬੇਟਾ ਜੇ ਪੜਾਂਗੇ ਚੰਗੇ ਨੰਬਰ ਲਵਾਂਗੇ ਤੇ ਉਹਦਾ ਹੀ ਹੱਕਦਾਰ ਆ ਜੇ ਦੇ ਕੋ ਹੀ ਕਰਜ਼ਾ ਲਿਆ ਹੈ ਮਿਹਨਤ ਕਰਕੇ ਪੈਹਾ ਕਮਾਇਆ ਤਾਂ ਉਹਨੂੰ ਕਰਜਾ ਵਾਪਸ ਦੇ ਤਾਂ ਉਹਦਾ ਵੀ ਅਹੀ ਹੱਕਦਾਰ ਹੈ ਗਿਆ ਠੀਕ ਹੈ ਅੱਗੇ ਹੈਗਾ ਉਦਾਸੀ ਉੱਤਰ ਹੰਕਾਰ ਇਕੜ ਦੁੱਕਰ ਅਕਣਾ ਸਹਿਕਾਰੀ ਬੇਟਾ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਇਹਦੇ ਵਿੱਚ ਕੋਈ ਵੀ ਜਿਹੜਾ ਆਪਸ਼ਨ ਹੈ ਠੀਕ ਨਹੀਂ ਹੈ ਤੇ ਬਾਈਚਾਸ ਤਾਂ ਨੁਆਜ ਜਵੇ ਮੈਂ ਹਮੇਤ ਮੋਸਟ ਬਹੁਤ ਜ਼ਿਆਦਾ ਕੇਅਰਫੁਲੀ ਪੇਪਰ ਸੈੱਟ ਕੀਤਾ ਜਾਂਦਾ ਹੈ ਤੇ ਤੂੰ ਘਬਰਾਣਾ ਨਹੀਂ ਹੈ ਵੇਖੋ ਇਹਦਾ ਉੱਤਰ ਮੈਂ ਇਸ ਤਰ੍ਹਾਂ ਲਿਖਿਆ ਜਿਹੜਾ ਕਿ ਆਣਾ ਉੱਤਰ ਉਦਾਸੀ ਹੰਕਾਰ अकना इक् दुक्कर सहकारी ठीक है अगे हैगा हेठ लिखे शब्दों पढ़ो तो दसो कि कहड़ा शब्द कोस प्र है खालसा कुम्यार, घुम्यार गदर, ककड़, कसरत तो ही बोलोगे पहला ऑप्शन सही है सतपुरश आएगा फिर कसरत आएगा ककड़ आएगा खालसा गदर तो कुम्यार आएगा ठीक है इस तरह साढ़ा है सिक्सटीन हेठ लिखे वाक की किस्म दसो आह मेरी नौकरी लग गई किस्म का वाक है तो ये बोल बोलोगे विस्मे वाचक वाक किस्म का वाक है विस्मे वाचक वाक अगे है सिर्फ माँ ही बच्चे नू पाल सकती है किस किस्म का वाक है मतलब पूरी लाइन एक संटेंस जी फीलिंग है सारी क्लियर हो चुकी है तो एक है सधारण वाक अगे है हेठ लिखे वाक न हाँ वाकवाचक वाक, वाचक वाक विच बदलो किसे कौड़ा ना बोलो ਠੀਕ ਹੈ ਇਹ ਸਾਰੇ ਤੁਸੀਂ ਪੜ੍ਹ ਕੇ ਵੇਖਣਾ ਸਾਰੇ ਵਿੱਚ ਨਾਵਾਚਕ ਹੈ ਜਿਸ ਤਰ੍ਹਾਂ ਕਿ ਸਭ ਨਾਲ ਕੋੜਾ ਬੋਲੋ ਬੁਰੀ ਗੱਲ ਕੋੜਾ ਨਹੀਂ ਬੋਲਣਾ ਚਾਹੀਦਾ ਤੁਸੀਂ ਦਾ ਹਾਂਵਾਚਕ ਇਸ ਤਰ੍ਹਾਂ ਬਣਾਓਗੇ ਸਭ ਨਾਲ ਮਿੱਠਾ ਬੋਲੋ ਅੱਗੇ ਹੈ ਹੇਠ ਲਿਖੀ ਅਧੂਰੀ ਅਖੋਤ ਪੂਰੀ ਕਰੋ ਅੱਗੇ ਸੱਪ ਤੇ ਪਿੱਛੇ ਸੀ ਅੱਗੇ ਸੱਪ ਤੇ ਪਿੱਛੇ ਸੀ ਅੱਗੇ ਹੈ ਹੇਠ ਲਿਖੇ ਖੋਤ ਪੂਰੀ ਕਰੋ ਇੱਕ ਚੁੱਪ ਤੇ ਸੋ ਸੁਖ ਕੀ ਕਰੋਗੇ ਇੱਕ ਚੁੱਪ ਤੇ ਸੋ ਸੁਖ ਅੱਗੇ ਹੈ ਹੇਟ ਲਿਖੀ ਖੋਤ ਪੂਰੀ ਕਰੋ ਉਖਲੀ ਵਿੱਚ ਸਿਰ ਦਿੱਤਾ ਤਾਂ ਡੈਸ਼ ਦਾ ਕੀ ਡਰ ਤੇ ਬੋਲੋ ਮੋਹਲਿਆਂ ਦਾ ਕੀ ਡਰ ਠੀਕ ਹੈ ਬੇਟਾ ਅੱਗੇ ਹੈਗਾ ਇੱਕ ਅਨਾਰ ਤੇ ਸੋ ਬਿਮਾਰ ਆਖਣ ਦੀ ਵਰਤੂ ਦੀ ਸਥਿਤੀ ਕੀ ਹੈ ਤੁਸੀਂ ਬੋਲੋਗੇ ਜਦੋਂ ਚੀਜ਼ ਥੋੜੀ ਹੋਣ ਤੇ ਮੰਗਣ ਵਾਲੇ ਬਹੁਤ ਹੋਣ ਤਾਂ ਵਰਤੀ ਜਾਂਦੀ ਹੈ ਠੀਕ ਹੈ ਅੱਗੇ ਹੈ ਆਪਣਾ ਮਰੇਗਾ ਤੇ ਸ਼ਾਵੇਂ ਹੀ ਸੁਠਾਂਗੇ ਅਕੌਤ ਦੀ ਵਰਤੂ ਦੀ ਸਥਿਤੀ ਕੀ ਚੋਣ ਕਰੋਗੇ ਤੁਸੀਂ ਬੋਲੋਗੇ ਆਪਣੇ ਅਤੇ ਪਰਾਏ ਦੇ ਵਿਹਾਰ ਵਿੱਚ ਅੰਤਰ ਦੱਸਣ ਲਈ ਠੀਕ ਹੈ ਅੱਗੇ ਹੈ ਅਸਰਫਿਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰ ਅਕੌਤ ਕਿੱਥੇ ਵਰਤੀ ਜਾਂਦੀ ਹੈ ਤੁਸੀਂ ਬੋਲੋਗੇ ਕੀਮਤੀ ਚੀਜ਼ਾਂ ਦੀ ਥਾ ਨਿਗੂਣੀਆਂ ਜਈਆਂ ਚੀਜ਼ਾਂ ਦੀ ਸੰਭਾਲ ਕਰਦੇ ਫਿਰੇ ਠੀਕ ਹੈ ਅੱਗੇ ਭਾਗ ਹੈਗਾ ਏਡੀ ਪੰਜਾਬੀ ਸਹਿਤ ਕਵਿਤਾਵਾਂ ਇਹਦੇ ਕੋਲ ਅੰਕ ਹੈਗੇ ਨੇ 7 ਸਭ ਤੋਂ ਪਹਿਲਾਂ ਵਗਦੇ ਪਾਣੀ ਕਵਿਤਾ ਦਾ ਮੁੱਖ ਭਾਵ ਕੀ ਹੈ ਜ਼ਿੰਦਗੀ ਦੀ ਗਤੀਸ਼ੀਲਤਾ ਨਾਲ ਸੰਬੰਧਿਤ ਤਾਜ ਮਹਿਲ ਕਵਿਤਾ ਕਿਸ ਕਵੀ ਦੀ ਰਚਨਾ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਕਿਸ ਦੀ ਰਚਨਾ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਠੀਕ ਹੈ ਅੱਗੇ ਹੈਗਾ 7 27 ਤੇ ਉਹ ਹੈਗਾ ਪ੍ਰੋਫੈਸਰ ਮੋਹਨ ਸਿੰਘ ਦੀ ਕਿਹੜੀ ਕਵਿਤਾ ਤੁਹਾਡੇ ਪਾਠ ਕਰਮ ਵਿੱਚ ਦਰਜ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾ ਕਿਹੜੀ ਕਵਿਤਾ ਦਰਜ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾ 28 ਹੈ ਚਮਚਮ ਰੱਖੋ ਕਵਿਤਾ ਵਿੱਚ ਜੰਗ ਦੇ ਮੈਦਾਨ 'ਚ ਕੌਣ ਲੜਨ ਲਈ ਗਿਆ ਹੋਇਆ ਸੀ ਸਹਜਾਦਾ ਅਜੀਤ ਸਿੰਘ ਤੇ ਜੁਜਾਰ ਸਿੰਘ ਕੌਣ ਲੜਨ ਗਿਆ ਹੋਇਆ ਸੀ ਸਹਜਾਦਾ ਅਜੀਤ ਸਿੰਘ ਤੇ ਜੁਜਾਰ ਸਿੰਘ ताज महल कविता विच कवि दमदर्दी किस धिर है शोषित धिरना किस धिर है शोषित धिरना चुम चुम रखो कविता विच माए तेरा जोड़ा दादे कोल है जा वस्यासार जोड़ा किस को चलिया गया है दादे को अगे है पुराने पंजाब नवाजा कविता किस भरपूर चित्रण होया है तुम तो बोलोगे पंजाबी सभ्याचार ਅੱਗੇ ਹੈ ਸਾਂਝ ਕਹਾਣੀ ਦਾ ਕਹਾਣੀਕਾਰ ਕੌਣ ਕੋਰ ਹੈ ਸਾਂਝ ਸੁਜਾਨ ਸਿੰਘ ਸਾਂਝ ਕਹਾਣੀ ਦਾ ਕਹਾਣੀਕਾਰ ਕੌਣ ਹੈ ਸੁਜਾਨ ਸਿੰਘ ਠੀਕ ਹੈ ਇਸ ਤੋਂ ਅੱਗੇ ਹੈ ਹਟਾ ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਆਪਣੇ ਬਚਪਨ ਵਿੱਚ ਪੜੀ ਕਵਿਤਾ ਦਾ ਚੇਤਾ ਆਇਆ ਇਹ ਕਥਨ ਬਾਰੇ ਦੱਸੋ ਸਹੀ ਹੈ ਕਿ ਗਲਤ ਤੁਸੀਂ ਬੋਲੋ ਕਿ ਹਾਂਜੀ ਸਹੀ ਹੈ ਠੀਕ ਹੈ ਇਸ ਤੋਂ ਬਾਅਦ ਹੈ ਕਰਤਾਰ ਸਿੰਘ ਦੁੱਗਲ ਦੀ ਕਿਹੜੀ ਕਹਾਣੀ ਤੁਹਾਡੇ ਪਾਠ ਕਰ ਵਿੱਚ ਦਰਜ ਹੈ ਨੀਲੀ ਨੀਲੀ ਕਹਾਣੀ ਵਿੱਚ ਨੀਲੀ ਦਾ ਰੰਗ ਡੈਸ਼ ਸੀ ਗੋਰਾ ਨੀਲੀ ਦੇ ਵੱੱਛੀ ਮਾਰ ਗਈ ਸੀ ਕਿਉਂਕਿ ਗਵਾਲਾ ਉਸ ਨੂੰ ਲਈ ਚੂਲੀ ਪਰ ਦੁੱਧ ਵੀ ਨਹੀਂ ਸੀ ਛੱਡਦਾ ਅੱਗੇ ਹੈ ਕਿਹੜਾ ਪਾਤਰ ਸਾਜ ਕਹਾਣੀ ਦਾ ਹੈ ਤੁਸੀਂ ਬੋਲੋਗੇ ਪ੍ਰੋਫੈਸਰ ਐਮ ਐਲ ਮਲਹੋਤਰਾ ਕਿਹੜਾ ਹੈਗਾ ਹੈ ਪਾਤਰ एम एल मल्होत्रा इस तू बाद है गहगड़ा थर्टी एट अपना देश कहानी निरंजन सिंह विदेश विच किस था विच वस्या है कनेडा विच किस था विच वस्या है कनेडा विच अपना देश कहानी के दे कहानीकार कौन हैं तो ही बोलोगे कह यह गहगड़ा थर्टी नाइन संतोष सिंह धीर ठीक है केड़ा है अपना देश कहानी के दे कहानीकार कौन हैं संतोष सिंह धीर निरंजन सिंह दे मुंडिया का ना हरिंदर गुरिंदर सन कथन सही है तुम बोलोगे सही क्योंकि वह कनेडा बच्चे जाके अपने आपू हैरी तो गैरी कहते हैं पर असल में उन्हों का नाँ जहाँ है हरिंदर सिंह गुरिंदर सिंह है बेटा इस तरह एक बार जो गैस पेपर है मोस्ट एक्सपैक्टिड है तो बहुत अच्छी तरह लर्न करना है इनू ਤੇ ਨੈਕਸਟ ਵੀਡੀਓ ਚ ਮੈਂ ਤੁਹਾਨੂੰ ਅੱਗੇ ਵੀ ਇਹੋ ਜਿਹੀ ਹੀ ਗੈਸ ਪੇਪਰ ਕਰਵਾਵਾਂਗੀ ਅਚੀ ਤਰ੍ਹਾਂ ਲਰਨ ਕਰੋ ਟੇਕ ਕੇਅਰ